ਬਠਿੰਡਾ ਜ਼ਿਲ੍ਹੇ ਦੀ ਸੰਗਤ ਮੰਡੀ ਦੇ ਇੱਕ ਕਿਸਾਨ ਵੱਲੋਂ ਰੇਲ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੱਖਣ ਸਿੰਘ ਪੁੱਤਰ ਕਰਤਾਰ ਸਿੰਘ ਸੰਗਤ ਮੰਡੀ ਦਾ ਰਹਿਣ ਵਾਲਾ ਸੀ ਅਤੇ ਉਸਦੇ ਸਿਰ ਤਕਰੀਬਨ 6 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਰਕੇ ਉਹ ਡਿਪਰੈਸ਼ਨ ਵਿੱਚ ਰਹਿੰਦਾ ਸੀ ਅਤੇ ਅੱਜ ਉਸਨੇ ਬਠਿੰਡਾ ਡੱਬਵਾਲੀ ਰੇਲਵੇ ਲਾਈਨ 'ਤੇ ਰੇਲ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰ ਲਈ ਅਤੇ ਪੁਲਿਸ ਦੀ ਕਾਰਵਾਈ ਕਰਨ ਤੋਂ ਬਾਅਦ ਮ੍ਰਿਤਕ ਦਾ ਸਰੀਰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਲਈ ਲਿਆਂਦਾ ਗਿਆ ਅਤੇ ਬਾਅਦ ਦੇ ਵਿੱਚ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਹਾਂਜੀ, ਕੀ ਨਾਮ ਜੀ ਤੁਹਾਡਾ ਜੀ? ਮੇਰਾ ਨਾਮ ਮਨਜੀਤ ਸਿੰਘ, ਮਨਜੀਤ ਕੁਮਾਰ ਜੀ। ਕੀ ਪੂਰਾ ਮਾਮਲਾ ਜੀ? ਉਹ ਕਿਸਾਨ ਨੇ ਸੁਸਾਈਡ ਕੀਤਾ ਗਿਆ, ਇਹਨੇ ਕਰਜ਼ਾ ਦੇਣਾ ਸੀਗਾ, ਕੁਛ ਸੁਸਾਇਟੀ ਦਾ ਦੇਣਾ ਸੀਗਾ, ਕੁਛ ਆਪਣੇ ਆੜ੍ਹਤੀਆਂ ਦੇਣਾ ਸੀਗਾ, ਉਹਦੇ ਸੰਬੰਧ ਕਿੰਨਾ? ਕੀ ਨਾਂ ਜੀ, ਕਿੱਥੋਂ ਦਾ ਰਹਿਣ ਵਾਲਾ ਜੀ? ਮੱਖਣ ਸਿੰਘ, ਕਰਤਾਰ ਸਿੰਘ, ਸੰਗਤ ਮੰਡੀ ਤੋਂ। ਕਿੰਨਾ ਕਾ ਕਰਜ਼ਾ ਸੀ ਜੀ? 3 ਲੱਖ ਰੁਪਏ ਦਾ ਬੋਲਣ ਦੇ। ਹਾਂਜੀ, ਕੀ ਨਾਂ ਜੀ ਤੁਹਾਡਾ? ਵਰਵਤਾਰ ਜੀ। ਕੀ ਕਾਰਨ ਸੀ ਜੀ? ਕਰਜ਼ੇ ਕਾਰਨ ਡੇਰੀ ਡਿਪਰੈਸ਼ਨ ਚਲੇ ਗਏ ਸੀ। ਕੀ ਹੋਇਆ ਜੀ? ਡਿਪਰੈਸ਼ਨ ਸੀ ਕਈ ਦਿਨਾਂ ਦੀ ਜੀ, ਟੈਨਸ਼ਨ ਮੰਨਦੇ ਸੀ ਉਹ ਕਰਜ਼ੇ ਦੀ, ਕਰਜ਼ਾ ਜ਼ਿਆਦਾ ਹੋਇਆ ਪਿਆ ਸੀ, ਉਹਦਾ ਕਰਕੇ ਉਹ ਟ੍ਰੇਨ ਦੇ ਖਾਏ। ਕਿੰਨਾ ਕੁ ਕਰਜ਼ਾ ਸੀ? 6 ਲੱਖ ਸੀ। 3 ਕੁ ਲੱਖ ਰੁਪਇਆ ਬਾਣੀਆਂ ਦਾ ਸੀ ਅਤੇ 3 ਕੁ ਲੱਖ ਜੀ ਪੈਂਟ ਦਾ ਸੀ। ਘਰੇ ਕੌਣ ਕੌਣ? ਕਿੰਨੇ ਕੁ ਇੱਕ ਮੇਰੀ ਸਿਸਟਰ, ਮੇਰੀ ਮਾਤਾ, ਡੈਡੀ। ਬਠਿੰਡਾ ਤੋਂ ਜੱਸੀ ਬਰਾੜ ਦੀ ਰਿਪੋਰਟ, ਪਾਵਰ ਵਰਡ ਜੀਵਨ ਪੰਜਾਬੀ। ਉੱਥੇ ਦੂਜੀ ਖਬਰ ਬਠਿੰਡਾ ਤੋਂ ਹੀ ਸਾਹਮਣੇ ਆ ਰਹੀ ਹੈ, ਜਿੱਥੇ ਕਿ ਪੁਲਿਸ ਨੇ ਮਾਸਕ ਨਾ ਪਾਉਣ ਵਾਲਿਆਂ ਉੱਪਰ ਸਖਤੀ ਵਰਤਾਈ ਹੈ। ਬਠਿੰਡਾ ਪੁਲਿਸ ਨੇ ਸਖਤੀ ਵਰਤਦਿਆਂ ਰਾਤ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਅਤੇ ਡਿਪਟੀ ਕਮਿਸ਼ਨਰ ਦੇ ਆਰਡਰਾਂ ਦੀ ਪਾਲਣਾ ਨਾ ਕਰਨ ਵਾਲਿਆਂ 'ਤੇ ਮਾਮਲਾ ਦਰਜ ਕੀਤਾ ਹੈ। ਬਠਿੰਡਾ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਵਾਲਿਆਂ ਅਤੇ ਬਿਨਾਂ ਮਾਸਕ ਤੋਂ ਘੁੰਮਣ ਵਾਲਿਆਂ 'ਤੇ 45 ਮਾਮਲੇ ਦਰਜ ਕੀਤੇ ਗਏ ਹਨ। ਇਹ ਪਹਿਲੀ ਵਾਰ ਹੋਇਆ ਕਿ ਰਾਤ ਨੂੰ ਪੰਜਾਬ ਪੁਲਿਸ ਵੱਲੋਂ ਚੈੱਕ ਕਰਕੇ ਇੰਨੀ ਵੱਡੀ ਗਿਣਤੀ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਮਾਮਲੇ ਦਰਜ ਕੀਤੇ ਗਏ ਹੋਣ ਅਤੇ ਦਿਨ ਵੇਲੇ ਵੀ ਨਾਕਿਆਂ 'ਤੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਹੌਲਦਾਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਬਿਨਾਂ ਮਾਸਕ ਤੋਂ ਜਾਣ ਵਾਲਿਆਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਰੋਕ ਕੇ ਕੋਰੋਨਾ ਤੋਂ ਬਚਾਅ ਲਈ ਅਵੇਅਰ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਕੋਲ ਮਾਸਕ ਨਹੀਂ ਹਨ ਉਹਨਾਂ ਨੂੰ ਉਹ ਮਾਸਕ ਵੀ ਆਪਣੇ ਵੱਲੋਂ ਦੇ ਰਹੇ ਹਨ। ਹੌਲਦਾਰ ਗੁਰਬਖਸ਼ ਸਿੰਘ ਜੀ, ਹਾਂਜੀ, ਜਿਨ੍ਹਾਂ ਦੇ ਮਾਸਕ ਨਹੀਂ ਲੱਗੇ, ਡੀਜੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਾ ਰਹੇ ਹਾਂ ਜੀ। ਜਿਨ੍ਹਾਂ ਕੋਲ ਮਾਸਕ ਨਹੀਂ ਹੁੰਦਾ ਉਹਨਾਂ ਨੂੰ ਮਾਸਕ ਦਿੱਤਾ ਜਾਂਦਾ, ਜੇ ਕੋਈ ਫਿਰ ਵੀ ਲਾਉਂਦਾ ਤਾਂ ਉਸਦਾ ਚਲਾਨ ਕੀਤਾ ਜਾਂਦਾ ਜੀ। ਅੱਜ ਤੱਕ ਤੁਸੀਂ ਕਿੰਨੇ ਕੁ ਮਾਸਕ ਦੇ ਦਿੱਤੇ? ਸਾਡੇ ਕੋਲ ਜੀ ਕਾਫੀ ਮਾਸਕ ਸੀਗੇ, ਜਿਸ ਤਰ੍ਹਾਂ ਜਿਹ ਮਤਲਬ ਜਿਹਨੂੰ ਅਸੀਂ ਨਹੀਂ ਰੋਕਦੇ ਹਾਂ ਉਹਦੇ ਕੋਲ ਮਾਸਕ ਨਹੀਂ, ਉਹਨੂੰ ਅਸੀਂ ਮਾਸਕ ਦੇ ਦਿੰਦੇ ਹਾਂ। ਦਿਨ 'ਚ ਘੱਟੋ ਘੱਟ 20-25 ਮਾਸਕ ਇਸ ਤਰ੍ਹਾਂ ਦੇ ਦਿੰਦੇ ਹਾਂ ਜੀ। ਡੇਲੀ ਦੇ ਰਹੇ ਹੋ? ਹਾਂਜੀ ਸਰ, ਹਾਂਜੀ। ਕੀ ਅਵੇਅਰ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਇਹ ਇਹੀ ਕਹਿਣਾ ਚਾਹੁੰਦਾ ਜੀ, ਬਹੁਤ ਭਿਆਨਕ ਬਿਮਾਰੀ ਹੈ ਜੀ, ਇਹ ਤੋਂ ਬਚੋ ਜਿੰਨਾ ਬਚਿਆ ਜਾ ਸਕਦਾ। ਜਿਸ ਤਰ੍ਹਾਂ ਮੂੰਹ ਬੰਨ ਕੇ ਰੱਖੋ, ਕਿਸੇ ਟੱਚ 'ਚ ਨਾ ਆਓ ਜੀ, ਥੁੱਕੋ ਨਾ ਰੋਡ 'ਤੇ, ਦੇਖਦੇ ਹਾਂ ਆਮ ਹੀ ਥੁੱਕ ਰਹੇ ਹੁੰਦੇ ਆ, ਉਹਨਾਂ ਨੂੰ ਰੋਕਦੇ ਹਾਂ ਜੀ ਥੁੱਕਣ ਤੋਂ ਵੀ। ਬਠਿੰਡਾ ਤੋਂ ਜੱਸੀ ਬਰਾੜ ਦੀ ਰਿਪੋਰਟ, ਪਾਵਰ ਵਰਡ ਜੀਵਨ ਪੰਜਾਬੀ। ਉੱਥੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਦੇ ਟੈਸਟ ਜਾਰੀ ਹਨ। ਜਿੱਥੇ ਦੇਸ਼ ਭਰ ਵਿੱਚ ਕੋਰੋਨਾ ਮਹਾਮਾਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ, ਉੱਥੇ ਹੀ ਬਠਿੰਡਾ ਵਿੱਚ ਵੀ ਕੋਰੋਨਾ ਪੋਜ਼ਿਟਿਵ ਕੇਸਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਬਠਿੰਡਾ ਸਿਵਲ ਹਸਪਤਾਲ ਦੇ ਸਿਵਲ ਸਰਜਨ ਨੇ ਦੱਸਿਆ ਕਿ ਅੱਜ ਤੱਕ ਉਹਨਾਂ ਵੱਲੋਂ 16,000 ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 216 ਮਰੀਜ਼ਾਂ ਦੇ ਟੈਸਟ ਪੋਜ਼ਿਟਿਵ ਪਾਏ ਗਏ ਹਨ ਅਤੇ ਪੋਜ਼ਿਟਿਵ ਕੇਸਾਂ ਵਿੱਚੋਂ 153 ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਹਨ ਅਤੇ ਬਾਕੀ ਦੇ ਬਾਹਰਲੇ ਸਟੇਟਾਂ ਜਾਂ ਜ਼ਿਲ੍ਹਿਆਂ ਦੇ ਕੇਸ ਹਨ। ਇਹਨਾਂ ਪੋਜ਼ਿਟਿਵ ਮਰੀਜ਼ਾਂ ਵਿੱਚੋਂ 140 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ ਅਤੇ ਹੁਣ ਉਹਨਾਂ ਕੋਲ 61 ਪੋਜ਼ਿਟਿਵ ਮਰੀਜ਼ ਦਾਖਲ ਹੋਏ ਹਨ, ਜਿਨ੍ਹਾਂ ਵਿੱਚੋਂ 58 ਮਰੀਜ਼ਾਂ ਨੂੰ ਕੋਈ ਵੀ ਅਲਾਮਤ ਨਹੀਂ ਹੈ ਅਤੇ ਇਸ ਤੋਂ ਪਹਿਲਾਂ 5 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 4 ਬਠਿੰਡਾ ਨਾਲ ਅਤੇ 1 ਮੋਗਾ ਨਾਲ ਸੰਬੰਧਿਤ ਸੀ। ਇਹ 4 ਪਹਿਲਾਂ ਹੀ ਕਿਸੇ ਹੋਰ ਬਿਮਾਰੀ ਤੋਂ ਪੀੜਤ ਸਨ। ਕੋਵਿਡ ਬਾਰੇ ਦੇਖੋ ਜੀ, ਸਾਡੀ ਜਿਹੜੀ ਅੱਜ ਦੀ ਸਥਿਤੀ ਹੈਗੀ ਹੈ, ਅੱਜ ਤੱਕ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਤਕਰੀਬਨ 16,000 ਜਿਹੜੇ ਲੋਕਾਂ ਦੇ ਟੈਸਟ ਕਰ ਚੁੱਕੇ ਹਾਂ, ਜਿਨ੍ਹਾਂ ਦੇ ਵਿੱਚੋਂ 216 ਜਿਹੜੇ ਹੈਗੇ ਨੇ ਮਰੀਜ਼ਾਂ ਦੇ ਟੈਸਟ ਜਿਹੜੇ ਹੈਗੇ ਨੇ ਪੋਜ਼ਿਟਿਵ ਪਾਏ ਗਏ ਨੇ। ਇਹ 216 ਦੇ ਵਿੱਚੋਂ ਤਕਰੀਬਨ 153 ਮਰੀਜ਼ ਨੇ ਜਿਹੜੇ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਬਠਿੰਡੇ ਨਾਲ, ਬਾਕੀ ਦੇ ਜਿਹੜੇ ਹੈਗੇ ਨੇ ਉਹ ਦੂਸਰੇ ਸਟੇਟਾਂ ਜਾਂ ਦੂਜੇ ਜ਼ਿਲ੍ਹਿਆਂ ਦੇ ਜਿਹੜੇ ਹੈਗੇ ਨੇ ਤੋਂ ਆਉਣ ਵਾਲੇ ਬੰਦੇ ਨੇ। ਅੱਜ ਤੱਕ ਸਾਡੇ ਕੋਲ ਜਿੰਨੇ ਵੀ ਪੋਜ਼ਿਟਿਵ ਮਰੀਜ਼ ਆਏ ਨੇ ਉਹਨਾਂ 'ਚੋਂ 140 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰ ਚਲੇ ਗਏ ਨੇ। ਅੱਜ ਦੇ ਦਿਨ ਸਾਡੇ ਕੋਲ 61 ਮਰੀਜ਼ ਜਿਹੜੇ ਹੈਗੇ ਨੇ ਉਹ ਦਾਖਲ ਨੇ ਅਲੱਗ ਅਲੱਗ ਜਿਹੜੀਆਂ ਸਾਡੀਆਂ ਜਿਹੜੀਆਂ ਆਈਸੋਲੇਸ਼ਨ ਫੈਸਿਲਿਟੀ ਨੇ ਉਹਨਾਂ ਦੇ ਵਿੱਚ,
जिन्हां दे विच 58 जिहड़े मरीज़ ने वो साढ़े एसिम्टोमैटिक ने, उन्हां नूं किसी किस्म की कोई ज़्यादा अलामत नहीं, सिर्फ 3 मरीज़ों नूं मामूली जिहड़ी तकलीफ हैगी है जिन्हां दा इलाज चल रहा, उम्मीद है भी वह भी ठीक होकर आप अपने घर जाएंगे। अज असी 6 मरीज़ों नूं होर छुट्टी करके घर भेज रहे हैं, तो कल साढ़े कोल 6 नवें मरीज़ आए ने। उम्मीद रखते हैं कि लोग जिहड़े हैगे ने इस बीमारी तो बचने लई जिहड़े भी सरकार ने हदायतां सेहत विभाग ने हदायतां दित्तियां ने उन्हां दी पालना करनगे, तो पालना करदे करदे अपने आप नूं अपने परिवारां नूं जां अपने संगी संबंधियों नूं इस बीमारी के जिहड़े फैलाव तों बचा पाणगे। बठिंडा तों जस्सी बराड़ दी रिपोर्ट, पावर वर्ल्ड जीवन पंजाबी। उत्थे जे गल कीती जावे मोगा दी तां मोगा विच अमनदीप कौर वल्लों एक किताब रिलीज़ की गई है। पंजाब विच भावें बहुत समाज सेवी आपो अपना काम कर रहे हैं पर उन्हां विच एक विलक्षण पहचान बना चुकी झुग्गी चौंपड़ी वाले बच्चों नूं पढ़ाउण वाली अमनदीप कौर कोटपुरा दी। उन्हां दे जीवन बारे अते होर समाज सेवियां दे जीवन बारे एक किताब यतन कपूर एडवोकेट वल्लों लिखी गई है जिस नूं अज समाज सेवियां ने लोक अर्पण किया। इस मौके एडवोकेट यतन कपूर ने कहा कि यह किताब दे नाल समाज सेवियां नूं हौसला मिलेगा अते होर भी अगे वधणगे। उन्हां दी किताब पढ़न दे नाल उन्हां दा कहना है कि उन्हां दी किताब पढ़न दे नाल अगर कोई भी व्यक्ति समाज सेवा करन लगता है तो उन्हां दा लिखना सफल हो जाएगा। ये सर eternityhedge.com नाँ की एक साइट डिवेलप की गई है, थोड़ा जिहा मैं इहदे बारे दसना चाहूँगा तुहाडी इजाजत होवे तां। यह साइट सिर्फ पंजाबी ते पंजाबीयत नूं प्रमोट करन लई कीती गई है। इहदे विच 99% कंटेंट जिहड़ा पंजाबी च होऊगा। तो अमनदीप कौर बारे लिखण बारे तां सोचा गया इस विच क्योंकि उन्हूं करीब तो जाणिया, उहदा एजेंडा देखिया भी वह किवें सेवा करती है, तो उन्हूं परखिया भी गया भी उन्हूं जदों रॉयल्टी बारे कहा गया भी इस किताब विकण च तैनूं रॉयल्टी मिलेगी तो उन्हें वह भी लैण तो इनकार की भी मैं बच्चों नूं ही देनी है जिहड़ी रॉयल्टी मिलेगी। तो किताब तुहानूं eternityhedge.com नाँ की साइट पर जाके तुसी 230 रुपए च इहनूं पेटीएम राही खरीद सकते हो। एक जिहड़ा आम सॉफ्टवेयर लोगों च वरत्या जांदा जिहनूं तुसी डाउनलोड करके उहदे राहीं पेमेंट करके अपने फोन च ही पढ़ोगे। इहदी हार्ड कापी तां करके नहीं पबलिश की गई क्योंकि करोना करके लोग थोड़ा वहम करते हैं भी साढ़े घर तक कोई डिलीवरी बॉय ना आए, इस करके इसनूं असी ई बुक की शेप च प्रमोट कर रहे हैं ते लॉन्च कर रहे हैं। इस तो पहला होर कितनियां किताबां लिख चुके हैं सर? ये साड़ी पहली ही किताब है जिहड़ी पूरी तरह फुली फर्निश हो चुकी है। जिहड़ियां अगे किताबां प्रोसैस च ने जिहड़ियां जल्दी तुसी पढ़ोगे, एक मल्लां है जिहदे विच असी पंजाबियां दियां मारियां होईयां मल्लां बारे देखांगे जिन्हां ने वर्ल्ड रिकॉर्ड बनाए हुए है पर जिन्हां नूं कोई जाणदा नहीं। फिर एक पीड़ नाँ की किताब है जिहड़ी NRI ते लिखी गई है, वह भी आलमोस्ट कंप्लीट है जिहदे विच असी दर्द दिखाया NRI का, जिहड़े बाहर लोग साढ़े पंजाबी जांदे है उन्हां नूं किहड़ियां औकड़ां दा सामना करना पैंदा है ते उह किवें उत्थे सरवाइव करदे है। इत्थे तां असी सौखियां कह दिंदे हां भी ऐश करदे पए आ, पर उन्हां दियां जो दर्दां उस किताब विच ने। इस संबंधी सुखविंदर PP धर्मकोट ने कहा कि अमनदीप कौर समाज सेवा खेत्र विच अपना वधिया योगदान पा रही है अते उन्हां ए भी लोकां नूं अपील कीती कि ओह अपना दान सीधा लोड़वंदां तक पहुंचाउण जिस नाल उन्हां नूं भी संतुष्टी मिलेगी। देखो सब तो पहला तो असीं मुबारकबाद दिंदे हां भैण अमनदीप कौर कोटकपूरा नूं और उस तो बाद वीर जतन कपूर जी एडवोकेट साहब जिहड़े जिन्हां वल्लों जारी कीती गई लिखी गई है लुधियाणे तों। सो ये भैण अमनदीप कौर की जीवनी ते है, उन्हां दे कम्मां नूं दर्शाया गया तो बहुत वधिया लगा, चंगा लगा। सर तुहाडे बारे भी लिखिया वा किवें लगदा तुहानूं जिवें हुण तुसीं एक पुलिस तों समाज सेवी बन गए हो, किद्दां दा महसूस हुंदा? देखो मैं अगर कहना कि पंजाब पुलिस अपने वास्ते एक समाज सेवा, क्योंकि पुलिस महकमा इस तरह का है तो हर महकमा ही एक समाज सेवा हुंदा, पर जिहड़ा हुण परमात्मा ने ड्यूटी लाई है बाबे नानक ने भाई जा रहा बाबू भी जब तक सवास है कि करते रहेंगे। इस संबंधी समाज सेवी जसवीर बावा PP ने कहा कि सानू सब नू ही लोड़वंदा का सहारा बनने की लोड़ है। उन्होंने कहा कि हुण खास करके कोरोना महामारी अते लॉकडाउन विच अपने आस पास के लोड़वंदा की मदद करनी चाहिए है। मैं पहला तो सिस्टर अमनदीप कौर जी जो उगे समाज सेवी हैं, मैं इन्होंने बहुत बहुत मुबारक दिना गा। ये जी बुक हैगी जतन कपूर एडवोकेट लुधियाणा तो उन्होंने इन्ह के जीवन बारे लिखी है। इन्ह के जीवन बारे एक इन्होंने बहुत वधिया समाज में
ਸੇਵਾਵਾਂ ਆਪਣੀਆਂ ਨਿਭਾ ਰਹੇ ਨੇ। ਬਹੁਤ ਵਧੀਆ ਸੇਧ ਲੈ ਰਹੀਆਂ ਲੜਕੀਆਂ ਲਈ ਜਿਹੜਾ ਹੈਗਾ ਇਹ ਬਹੁਤ ਵਧੀਆ ਮੌਕਾ। ਲੜਕੀਆਂ ਨੂੰ ਵੀ ਇਹਨਾਂ ਤੋਂ ਸਿੱਖਣਾ ਚਾਹੀਦਾ ਹੈਗਾ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੀਆਂ। ਲੜਕੀਆਂ ਨੂੰ ਆਪਣੇ ਕੰਮਾਂ ਨੂੰ ਉਤਸ਼ਾਹਿਤ ਵੀ ਕੀਤਾ ਭੈਣ ਜੀ ਉਹਨਾਂ ਨੇ। ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾਗਾ। ਬਾਕੀ ਹੋਰ ਜਿੰਨੇ ਵੀ ਉੱਘੇ ਸਮਾਜ ਸੇਵੀ ਹੈਗੇ ਆ ਉਹਨਾਂ ਬਾਰੇ ਵੀ ਜਤਨ ਕਪੂਰ ਜੀ ਨੇ ਉਹਨਾਂ ਬਾਰੇ ਵੀ ਉਹਨਾਂ ਦੀਆਂ ਸੇਵਾਵਾਂ ਬਾਰੇ ਵੀ ਬਹੁਤ ਵਧੀਆ ਲਿਖਿਆ ਹੈਗਾ। ਅਤੇ ਮੈਂ ਇਹੀ ਅੰਤ 'ਚ ਕਹੂੰਗਾ ਜਿੰਨੇ ਵੀ ਹੋਰ ਸਮਾਜ ਸੇਵੀ ਹੈਗੇ ਉਹਨਾਂ ਨੂੰ ਵੱਧ ਤੋਂ ਵੱਧ ਆਪਣੀਆਂ ਸੇਵਾਵਾਂ ਨਿਭਾਉਣੀਆਂ ਚਾਹੀਦੀਆਂ ਤਾਂ ਜੋ ਉਹਨਾਂ ਦਾ ਵੀ ਇਸ ਬੁੱਕ ਦੇ ਵਿੱਚ ਨਾਂ ਦਰਜ ਹੋਵੇਗਾ। ਇਸ ਸੰਬੰਧ ਵਿੱਚ ਸਮਾਜ ਸੇਵੀ ਅਮਨਦੀਪ ਕੌਰ ਕੋਟਕਪੂਰਾ ਨੇ ਜਿੱਥੇ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਉਹ ਆਪਣਾ ਇੰਨਾ ਮਾਣ ਹਾਸਲ ਕਰਨਗੇ। ਉਹਨਾਂ ਕਿਹਾ ਕਿ ਭਾਵੇਂ ਕੁਝ ਲੋਕ ਵਿਰੋਧ ਕਰ ਰਹੇ ਹਨ ਪਰ ਉਹ ਆਪਣੀ ਸੇਵਾ ਨਿਰੰਤਰ ਜਾਰੀ ਰੱਖਣਗੇ। ਅਮਨ, ਜਿਹੜੀ ਅੱਜ ਤੁਹਾਡੇ ਜੀਵਨ ਤੇ ਕਿਤਾਬ ਆਈ ਆ, ਤੁਹਾਨੂੰ ਕਿਵੇਂ ਲੱਗਦਾ, ਕੀ ਮਹਿਸੂਸ ਕਰਦੇ ਹੋ? ਦੇਖੋ, ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ, ਮੈਨੂੰ ਆਪਣੇ ਉੱਤੇ ਇੱਕ ਪ੍ਰਾਊਡ ਮਹਿਸੂਸ ਹੋਇਆ ਕਿਉਂਕਿ ਸਮਾਜ ਵਿੱਚ ਜੇ ਮੈਂ ਚੰਗਾ ਕੰਮ ਕੀਤਾ ਤਾਂ ਮੇਰੀ ਇੱਕ ਬੁੱਕ ਆਈ ਜਿਹਦੇ ਬਾਰੇ ਮੈਂ ਕਦੇ ਦੂਰ ਦੂਰ ਤੋਂ ਹੀ ਨਹੀਂ ਸੋਚਿਆ ਸੀਗਾ ਕਿ ਮੇਰੇ ਨਾਲ ਇੱਦਾਂ ਹੋਏਗਾ, ਤਾਂ ਉਹ ਅੱਜ ਮੈਨੂੰ ਆਪਣੀ ਬੁੱਕ ਰਿਲੀਜ਼ ਕਰਕੇ ਬੜੀ ਖੁਸ਼ੀ ਹੋਈ ਅੱਜ। ਜਿਹੜੀ ਕਹਿੰਦੇ ਬੁੱਕ ਦੇ ਉੱਤੋਂ ਆਮਦਨੀ ਆਉਣੀ ਆ, ਪੈਸੇ ਆਉਣੇ ਆ ਜੀ, ਉਹਨਾਂ ਨੂੰ ਕੀ ਕਰੋਗੇ ਤੁਸੀਂ? ਆਪਣੀ ਲਾਈਫ ਆਪਣੇ ਨਿੱਜੀ ਜੀਵਨ 'ਚ ਖਰਚ ਕਰੋਗੇ ਜਾਂ ਕਿੱਥੇ ਲਾਓਗੇ? ਦੇਖੋ, ਮੈਂ ਸਟਾਰਟਿੰਗ ਤੋਂ ਹੀ ਸੋਚਿਆ ਸੀਗਾ ਕਿ ਮੈਂ ਆਪਣੇ ਸਟੈਂਡ ਹੋਵਾਂ ਅਤੇ ਮੈਂ ਸੇਵਾ ਕਰਾਂ, ਪਰ ਅੱਜ ਵਾਹਿਗੁਰੂ ਨੇ ਮੈਨੂੰ ਮੌਕਾ ਦਿੱਤਾ ਅਤੇ ਜਿਹੜੀ ਮੇਰੀ ਬੁੱਕ ਤੋਂ ਜੋ ਵੀ ਪੈਸਾ ਆਊਗਾ ਉਹ ਮੈਂ ਚੈਰਿਟੀ 'ਤੇ ਹੀ ਲਾਵਾਂਗੀ। ਲੋਕਾਂ ਤੋਂ ਕਿਵੇਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ? ਦੇਖੋ, ਮੈਨੂੰ ਸਟਾਰਟਿੰਗ ਤੋਂ ਹੀ ਲੋਕਾਂ ਤੋਂ ਬੜਾ ਵਧੀਆ ਸਹਿਯੋਗ ਮਿਲ ਰਿਹਾ ਕਿਉਂਕਿ ਆਪਾਂ ਨੈਗਟਿਵ ਜੋ ਵੀ ਪਰਸਨ ਹੁੰਦੇ ਆ ਉਹਨਾਂ ਨੂੰ ਪਾਸੇ ਹਟ ਕੇ ਅਤੇ ਇੱਕ ਪੋਜ਼ੀਟਿਵਲੀ ਦੇਖਿਆ ਤਾਂ ਮੇਰੇ ਨਾਲ ਬਹੁਤ ਭੈਣ ਭਰਾ ਇੱਦਾਂ ਦੇ ਖੜ੍ਹੇ ਜਿਨ੍ਹਾਂ ਨੇ ਮੈਨੂੰ ਚੰਗਾ ਗਾਈਡ ਕੀਤਾ, ਚੰਗੇ ਰਸਤੇ 'ਤੇ ਚੱਲਣ ਲਈ ਪ੍ਰੇਰਨਾ ਦਿੱਤੀ। ਠੀਕ ਹੈ, ਹੋਰ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਤੁਹਾਨੂੰ ਟੀਵੀ 'ਤੇ ਦੇਖ ਰਹੇ ਨੇ? ਦੇਖੋ, ਮੈਂ ਸਾਰਿਆਂ ਨੂੰ ਇੱਕ ਹੀ ਮੈਸੇਜ ਦੇਣਾ ਚਾਹੁੰਦੀ ਹਾਂ, ਕਦੇ ਵੀ ਇਨਸਾਨ ਹਾਰ ਕੇ ਵੀ ਨਹੀਂ ਹਾਰਦਾ। ਜਦੋਂ ਤੁਸੀਂ ਆਪਣੀ ਹਾਰ ਨਹੀਂ ਮੰਨਦੇ ਤਾਂ ਜਦੋਂ ਤੁਸੀਂ ਚੰਗੇ ਕਰਮ ਕਰਦੇ ਹੋ ਤਾਂ ਉਦੋਂ ਵਾਹਿਗੁਰੂ ਤੁਹਾਡਾ ਸਾਥ ਦਿੰਦਾ। ਜੇ ਚੰਗੇ ਕਰਮਾਂ ਵਿੱਚ ਤੁਹਾਡਾ ਵਾਹਿਗੁਰੂ ਆਪ ਤੁਹਾਡੇ ਸਹਾਈ ਹੁੰਦਾ ਗਾ, ਤਾਂ ਮੈਂ ਸਾਰਿਆਂ ਨਾਲੋਂ ਜ਼ਿਆਦਾ ਆਪਣੇ ਪੇਰੈਂਟਸ ਦਾ ਧੰਨਵਾਦ ਕਰਦੀ ਹਾਂ। ਮੈਂ ਰਿਣੀ ਹਾਂ ਉਹਨਾਂ ਦੀ ਜਿਨ੍ਹਾਂ ਨੇ ਮੇਰੀ ਹਰ ਥਾਂ 'ਤੇ ਮੇਰਾ ਸਾਥ ਦਿੱਤਾ ਅਤੇ ਮੈਨੂੰ ਇੰਨਾ ਕਾਬਲ ਬਣਾਇਆ ਤਾਂ ਜੋ ਮੇਰੇ ਇੱਥੇ ਬੈਠ ਕੇ ਮੈਂ ਇੱਥੇ ਗੱਲਬਾਤ ਕਰ ਰਹੀ ਹਾਂ। ਅਮਨ, ਜਦੋਂ ਪਹਿਲਾਂ ਸ਼ੁਰੂ ਕੀਤਾ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ, ਉਦੋਂ ਸੀ ਮਨ ਦੇ ਵਿੱਚ ਵੀ ਤੁਹਾਡਾ ਕੋਈ ਕਿਤਾਬ ਆਊਗੀ ਜਾਂ ਇੰਨਾ ਸਹਿਯੋਗ ਮਿਲੂਗਾ? ਦੇਖੋ, ਜਦੋਂ ਮੈਂ ਸਟਾਰਟਿੰਗ ਕੀਤੀ ਸੀ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਮੈਂ ਸਮਾਜ ਸੇਵੀ ਬਣਨਾ ਜਾਂ ਨਹੀਂ ਬਣਨਾ। ਜਸਟ ਮੈਂ ਵੈਸੇ ਹੀ ਬੱਚਿਆਂ ਕੋਲ, ਕਿਉਂਕਿ ਮੇਰੇ ਬੱਚਿਆਂ ਨਾਲ ਵੈਸੇ ਹੀ ਮੋਹ ਪਿਆਰ ਜ਼ਿਆਦਾ ਆ, ਮੇਰੀ ਸਟਾਰਟਿੰਗ ਤੋਂ ਬੱਚਿਆਂ ਨਾਲ ਬਹੁਤ ਬਣਦੀ ਹੈ, ਅਤੇ ਮੈਂ ਜਦੋਂ ਬੱਚਿਆਂ ਕੋਲ ਗਈ ਤਾਂ ਮੈਂ ਕਦੇ ਇੱਦਾਂ ਸੋਚਿਆ ਹੀ ਨਹੀਂ ਸੀ ਕਿ ਕਦੇ ਮੇਰੀ ਕਿਤਾਬ ਆਊ ਜਾਂ ਮੈਨੂੰ ਕੋਈ ਜਾਣੂਗਾ ਜਾਂ ਮੈਨੂੰ ਇੰਨਾ ਪਿਆਰ ਮਿਲੂਗਾ। ਮੈਨੂੰ ਪੰਜਾਬ ਤੋਂ ਖਾਸ ਕਰਕੇ ਜਿੰਨੇ ਵੀ NRI ਵੀਰ ਆ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ, ਜਿੰਨੀ ਸਨਮਾਨ ਮੈਨੂੰ ਮੇਰੇ ਖਿਆਲ 'ਚ ਮੈਂ ਕਾਬਲ ਨਹੀਂ ਸੀ ਇਹ ਚੀਜ਼। ਮੋਗਾ ਤੋਂ ਸਰਬਜੀਤ ਰੌਲੀ ਦੀ ਰਿਪੋਰਟ, ਪਾਵਰ ਆਫ ਵਰਡ, ਜ਼ਿਵਨ ਪੰਜਾਬੀ। ਉੱਥੇ ਇੱਕ ਹੋਰ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਨੰਗਲ ਪਿੰਡ ਦੇ ਵਿੱਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਿਰਕਤ ਕੀਤੀ। ਮੋਗਾ ਜ਼ਿਲ੍ਹੇ ਦੇ ਪਿੰਡ ਨੰਗਲ ਵਿਖੇ NRI ਮਾਮਲਿਆਂ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੰਗਲ ਦੇ ਗ੍ਰਹਿ ਵਿਖੇ ਪੁੱਜੇ, ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਅਤੇ ਨੌਕਰੀਆਂ ਦੇਣ ਵਿੱਚ ਵੱਡੇ ਪੱਧਰ ਤੇ ਉਪਰਾਲੇ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਬਹੁਤ ਹੀ ਹੁਨਰਮੰਦ ਖਿਡਾਰੀ ਹਨ ਜਿਨ੍ਹਾਂ ਨੇ ਹਮੇਸ਼ਾ ਦੇਸ਼ਾਂ ਵਿਦੇਸ਼ਾਂ ਵਿੱਚ ਵਧੀਆ ਖੇਡ ਕੇ ਮੱਲਾਂ ਮਾਰੀਆਂ ਹਨ। ਹਮੇਸ਼ਾ ਪੰਜਾਬ ਸਰਕਾਰ ਨੇ ਚੰਗੇ ਖਿਡਾਰੀਆਂ ਨੂੰ ਉੱਚ ਅਹੁਦਿਆਂ ਤੇ ਬਿਰਾਜਮਾਨ ਕਰਕੇ ਮਾਣ ਅਤੇ ਸਨਮਾਨ ਦਿੱਤਾ ਹੈ। ਰਾਣਾ ਗੁਰਮੀਤ ਸੋਢੀ ਨੇ ਇਹ ਵੀ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਕੋਰੋਨਾ ਵਰਗੀ ਮਹਾਮਾਰੀ ਕਾਰਨ ਲੌਕਡਾਊਨ ਲੱਗਿਆ ਹੋਇਆ ਹੈ, ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਫਸਲ ਨੂੰ ਵੀ ਵਧੀਆ ਤਰੀਕੇ ਨਾਲ ਨਿਪਟਾਇਆ ਅਤੇ ਨਾਲ ਹੀ ਕਿਸਾਨਾਂ ਦੀਆਂ ਫਸਲਾਂ ਦੀ ਅਦਾਇਗੀ ਵੀ ਕੀਤੀ। ਪੰਜਾਬ ਦੇ ਵਿੱਚ ਟੈਲੈਂਟ ਬਹੁਤ ਜ਼ਿਆਦਾ ਹੈ, ਜਿਹੜਾ ਹੁਨਰ ਹੈ ਉਹ ਖਿਡਾਰੀਆਂ ਦੇ ਕੋਲ ਬਹੁਤ ਹੈ। ਤੁਸੀਂ ਇੱਕ ਚੀਜ਼ ਤਾਂ ਪਕੜ ਲਈ, ਪਰ ਜਿਹੜੇ ਖਿਡਾਰੀਆਂ ਨੂੰ ਅਸੀਂ ਸਨਮਾਨਿਤ ਕੀਤਾ, ਜਿਨ੍ਹਾਂ ਨੂੰ ਅਸੀਂ ਕਰੋੜਾਂ ਰੁਪਏ ਨਗਦੀ ਇਨਾਮ ਦਿੱਤੇ ਨੇ, ਉਹਨਾਂ ਦਾ ਵੀ ਜ਼ਿਕਰ ਮੀਡੀਆ ਨੂੰ ਕਰਨਾ ਚਾਹੀਦਾ ਹੈ। ਪਰ ਸਰ, ਲੱਗ ਰਹੇ ਨੇ ਜਿਹੜੇ ਵੈਸੇ ਹੈਂਡੀਕੈਪ ਹੈ ਵੀਲਚੇਅਰ 'ਤੇ, ਵੀਲਚੇਅਰ ਤੋਂ ਬਾਅਦ ਵੀ ਪੰਜਾਬ ਲਈ ਰਿਪ੍ਰਜੈਂਟ ਕਰ ਰਹੇ ਆ? ਬਿਲਕੁਲ, ਅਸੀਂ ਉਹਨਾਂ ਦੀ ਕਰ ਰਹੇ ਹਾਂ, ਬਕਾਇਦਾ ਮੈਂ ਪੋਲਿਸੀ 'ਚ ਉਹਨਾਂ ਦਾ ਨਾਮ ਪਾਇਆ। ਅਗਲੇ ਹਫ਼ਤੇ ਮੈਂ 3 ਜਿਹੜੇ ਪੈਰਾਲੰਪਿਕ ਦੇ ਜਿਹੜੇ ਸਾਡੇ ਪਲੇਅਰਸ ਹੈਗੇ ਨੇ ਉਹਨਾਂ ਨੂੰ ਮੈਂ ਆਨਰ ਕਰ ਰਿਹਾ। ਸੋ ਇਹ ਕੋਈ ਇਹ ਗੱਲ ਨਹੀਂ ਹੈਗੀ ਕਿ ਜਿਹੜੀ ਚੀਜ਼ ਦੀ ਮੈਂ ਨਵੀਂ ਪੋਲਿਸੀ ਬਣਾਈ ਹੈ,
उहदे च पैरा ओलंपिक नूं उन्ना ही कैश अवार्ड दिता जाएगा जिन्ना दूजियां नूं दिता जाएगा। सर मोगे दा पंजाब दी सर 20 मैच खेल चुका है। देखो मैच खेलने की एक अलग बात है, जिहड़ी इंपोर्टेंट ऑफ मैचेस ने वह हैगे ने नैशनल खेलिया, रणजी ट्रॉफी खेलिया, किहड़ा जोनल खेलिया, उहदी जिहड़ी मैनू जे देगा अपनी जिहड़ी उहदियां प्राप्तियां ने, ते जे उह साडे उस पैरामीटर च आएगा ते असीं उहनूं जरूर उहदी मदद करांगे। जिहड़ी विरोधी धिरों दा काम की है नुक्ताचीनी करनी, तुसीं मैनूं एक गल दसो वी विरोधी धिर जिहड़ियां कहिंदे ने 500 करोड़ रुपए दीयां किहड़ियां गड्डियां आ गईयां, पहलां तां मैनूं इह दस, इह मैनूं कोई भी विरोधी धिर दा बंदा मेरे नाल डिस्कशन कर ले, 500 करोड़ दीयां गड्डियां किहड़ियां आउंदियां ने, पुछो वी असीं जहाज खरीदण लगे हां, और हाले कोई ऐसी कोई गल तजवीज़ नहीं हैगी, असी तो चार साल हो गए ने साडे कोल तां टुटी गड्डी भी नहीं हैगी, आप दीयां गड्डियां चला रहे हैं। सो इस करके ये गड्डियां जिहड़ियां ने ये अकाली दल ने ही सारा सत्यानाश किया, इकोनमी प्रदेश की खत्म कर दिती। मोगा तो सरबजीत रौली की रिपोर्ट, पावर वर्ड्स एवन पंजाबी। मैं अपने ये मोढ़िया ते गोढ़िया तो बहुत दुखी सी, मेरे लिए तो तुरना फिरना भी इन्ना औखा होया सी मैं दस भी नहीं सकता, पर जब तो मैनू फिर रिलीफ मिले 2.5-3 महीने इस्तेमाल करने तो बाद गोडे भी ओके मोढ़े भी ओके। जी तुसी भी किसी इस तरह की बीमारी तो परेशान हो तो बेझिझक होकर इस इस्तेमाल करो, सिर्फ 2.5-3 महीने ये 125 बीमारियां तक के इलाज कर सकता है, फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी, मैनू मेरे दोस्त ने ऑयल फी रिलीफ वाले दस्या, मैं ये तेल 3 महीने लाना अपने सिर पर अप्लाई किया, ये बिल्कुल आयुर्वैदिक तेल है, यदा कोई साइड इफेक्ट नहीं है, तो मेरे बाल जड़े गंजपन पैना शुरू हो गया से वो दोबारा आने लग गए, तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसी सामना कर रहे हो तो यह तेल लाना ना भुलो। कितना कितनी असं अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है, पर थैंक्स टू फ्री लीव जिन्हें मेरा एक कॉन्फिडेंस बिल्ड किया, जिसे लगान नाल मैं मार्केट से बड़ा ही कॉन्फिडेंट हाँ, और ये मैं बड़ा फायदा होया, तो मैं सर्वाइकल की भी दिक्कत सी तो वो भी मैं बड़ा रिलीफ मिले, ये यूज़ करो तो मैं प्रैक्टिकल यूज़ कर रहा। की तुहाडा विदेश विच घूमण दा है सुपना, की तुसी विदेश विच पढ़ना चाहुंदे हो, या फिर विदेश जाके वसण दा है इरादा, या रिफ्यूजल दा कर रहे हो सामना, ता एक ही भरोसे योग नाम है SE इंटरनेशनल इमीग्रेशन कंसल्टेंट प्राइवेट लिमिटेड। टूरिस्ट वीजा, स्टडी वीजा, PR अते हर तरह दे वीजे दा मामला, कैनेडा, USA, ऑस्ट्रेलिया, UK अते न्यूजीलैंड, ਤਾਂ ਤੁਹਾਡਾ ਰਾਹਗੀਰ ਬਣੇਗਾ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਸੰਪਰਕ ਕਰੋ 73407-37362, 73407-37369।